ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਸਤਗੀਰ ਹੋਏ ਪੰਜ ਪੀਰ ਹਰਗੁਰ ਹਰਗੋਬਿੰਦ ਅਤੋਲਾ ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਅਡੋਲਾ ਪੰਜ ਪਿਆਲੇ ਅਜਰ ਜਰ ਹੋਏ ਮਸਤਾਨ ਸੁਜਾਨ ਵਿੱਚੋਲਾ ਤੁਰਿਆ ਚੜ ਜਿਣ ਪਰਮ ਤਤ ਛੇ ਵਰਤਾਰੇ ਕੋਲੇ ਕੋਲਾ ਛੇ ਦਰਸ਼ਨ ਛੇ ਪੀੜੀਆਂ 21 ਦਰਸ਼ਨ ਅੰਦਰ ਗੋਲਾ ਜਤੀ ਸਤੀ ਸੰਤੋਖੀਆਂ ਸਿੱਧ ਨਾਥ ਅਵਤਾਰ ਵੇਰੂਲਾ 11 ਰਤਲ ਸਮੁੰਦਰ ਵਿੱਚ ਮਰ ਜੀਵੇ ਤਿਸ ਰਤਨ ਅਮੋਲਾ 12 ਸੋਲੇ ਮੇਲ ਕਰ 20 ਹੀ ਅਕੀ ਹੀ ਚੜਾਓ ਹਿੰਡੋਲਾ ਅੰਤਰਜਾਮੀ ਬਾਲਾ ਪੋਲਾ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਗੁਬਿੰਦ ਸਾਹਿਬ ਦੀ ਉਸਤਤ ਦੇ ਅੰਦਰ ਪਾਈ ਗੁਰਦਾਸ ਜੀ ਨੇ ਆਪਣੀ 39ਵੀਂ ਵਾਰ ਦੀ ਤੀਜੀ ਪੌੜੀ ਦੇ ਅੰਦਰ ਇਹ ਉਸਤਤ ਭਰੇ ਬਚਨ ਲਿਖੇ ਨੇ ਜਿਦੇ ਅੰਦਰ ਗੁਰੂ ਅਰਗੁਬਿੰਦ ਸਾਹਿਬ ਨੂੰ ਦੀਨ ਤੇ ਦੁਨੀਆ ਦਾ ਪਾਤਸ਼ਾਹ ਕਿਹਾ ਗਿਆ ਹੈ ਜਿਹੜੇ ਕਦੇ ਵੀ ਨਹੀਂ ਡੋਲਦੇ ਅੱਜ ਅਸੀਂ ਚੌਥੀ ਸਾਖੀ ਵਿਚਾਰਨ ਜਾ ਰਹੇ ਹਾਂ ਗੁਰੂ ਅਰਗੁਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਅੰਦਰੋਂ ਅਸੀਂ ਪਿਛਲੀ ਸਾਖੀ ਦੇ ਅੰਦਰ ਸਰਵਣ ਕੀਤਾ ਸੀ ਬਾਦਸ਼ਾਹ ਜਹਾਂਗੀਰ ਨੇ ਕਿੰਚ ਬੇਗ ਜੀ ਨੂੰ ਤੇ ਵਜ਼ੀਰ ਖਾਨ ਜੀ ਨੂੰ ਗੁਰੂ ਅਰਬੁ ਗੋਬਿੰਦ ਸਾਹਿਬ ਕੋਲ ਅੰਮ੍ਰਿਤਸਰ ਪਹੁੰਚਿਆ ਆਓ ਅੱਜ ਦੀ ਸਾਖੀ ਦੇ ਅੰਦਰ ਸਰਵਣ ਕਰਦੇ ਹਾਂ ਕਿਸ ਤਰ੍ਹਾਂ ਗੁਰੂ ਅਰਗੋਬਿੰਦ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਜਾਣਗੇ ਤੇ ਰਸਤੇ ਦੇ ਅੰਦਰ ਸੰਗਤਾਂ ਨੂੰ ਨਿਹਾਲ ਕਰਨਗੇ ਉਪਰੰਤ ਅੰਮ੍ਰਿਤਸਰ ਸਾਹਿਬ ਤੋਂ ਮਾਤਾ ਗੰਗਾ ਜੀ ਤੋਂ ਵਿਦਾਇਗੀ ਲੈ ਕੇ ਬਾਬਾ ਬੁੱਢਾ ਜੀ ਤੋਂ ਚਾਲਾ ਦਿੱਲੀ ਨੂੰ ਮਾਰਨਗੇ ਸ਼੍ਰੀ ਗੁਰੂ ਅਰਗੁਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਜਦੋਂ ਵਜ਼ੀਰ ਖਾਨ ਤੇ ਕਿੰਚ ਬੇ ਗੁਰੂ ਪਾਤਸ਼ਾਹ ਜੀ ਦੇ ਕੋਲ ਬਹੁਤ ਕੀਮਤੀ ਪੇਟਾਵਾਂ ਦੁਸ਼ਾਲੇ ਕਲਗੀਆਂ ਲੈ ਕੇ ਸ਼੍ਰੀ ਅਮਰitsar ਸਾਹਿਬ ਪਹੁੰਚਦੇ ਨੇ ਤੇ ਇੱਛਾ ਰੱਖਦੇ ਨੇ ਕਿ ਸਤਿਗੁਰੂ ਗੁਰੂ ਅਰਗੁਬਿੰਦ ਸਾਹਿਬ ਦੇ ਦਰਸ਼ਨ ਹੋਣ ਤੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਅਸੀਂ ਆਪਣਾ ਸੁਨੇਹਾ ਜਹਾਂਗੀਰ ਬਾਦਸ਼ਾਹ ਦਾ ਗੁਰੂ ਸਾਹਿਬ ਨੂੰ ਸੁਨਾਈਏ ਤੇ ਉਹਨਾਂ ਨੂੰ ਬੇਨਤੀ ਕਰੀਏ ਕਿ ਤੁਸੀਂ ਦਿੱਲੀ ਆਓ ਜਦੋਂ ਅੰਮ੍ਰਿਤ ਵੇਲੇ ਦੀਵਾਨ ਦੇ ਅੰਦਰ ਕਿੰਚ ਬੇਗ ਤੇ ਵਜ਼ੀਰ ਖਾਨ ਪਹੁੰਚਦੇ ਨੇ ਤੇ ਗੁਰੂ ਅਰਗੁਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਦੋਨੇ ਸਿੱਖ ਬੇਨਤੀ ਕਰਦੇ ਨੇ ਮਹਾਰਾਜ ਆਪ ਜੀ ਨੂੰ ਬਾਦਸ਼ਾਹ ਮਿਲਣਾ ਚਾਹੁੰਦਾ ਹੈ ਤੇ ਦੂਜੇ ਪਾਸੇ ਚੰਦੂ ਬੜੀ ਪੈੜੀਆਂ ਚਾਲਾਂ ਚੱਲ ਕੇ ਉੱਥੇ ਉਹਨੇ ਗੁਰੂ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਵੀ ਕਰਵਾਈ ਹੈ ਤੇ ਤੁਹਾਡੇ ਕੋਲ ਬੜਾ ਸੋਹਣਾ ਸਮਾਂ ਹੈ ਆਪਣਾ ਪੱਖ ਰੱਖਣ ਦਾ ਤੁਸੀਂ ਦਿੱਲੀ ਆਓ ਤੇ ਗੁਰੂ ਸਾਹਿਬ ਗੁਰੂ ਅਰਜਨ ਦੇ ਮਹਾਰਾਜ ਦੀ ਸ਼ੀਦੀ ਦਾ ਪੱਖ ਰੱਖ ਕੇ ਚੰਦੂ ਨੂੰ ਵੀ ਸਜਾ ਦਿਓ। ਛੇਵੇਂ ਪਾਤਸ਼ਾਹ ਮਹਾਰਾਜ ਨੇ ਕਿਹਾ ਪਲਟੋ ਲੈਬੋਏ ਕੋ ਅਬ ਸਮੋ ਦਿੱਲੀ ਚਲੋ ਇਹੀ ਸਤ ਹਮੋ। ਬਈ ਹੁਣ ਪਲਟਾ ਲੈਣ ਦਾ ਸਮਾਂ ਆ ਗਿਆ ਤੇ ਦਿੱਲੀ ਜਾ ਕੇ ਅਸੀਂ ਚੰਦੂ ਨੂੰ ਨਥੇਲ ਪਾ ਕੇ ਲੈ ਕੇ ਆਈਏ। ਗੁਰੂ ਸਾਹਿਬ ਮਹਾਰਾਜ ਜੀ ਨੇ ਜੋ ਚੰਦੂ ਨੂੰ ਮਾਰਨ ਦੀ ਸੋਚ ਅਕੀ ਸੀਗੀ ਉਹ ਪੂਰੀ ਕਰਨ ਦਾ ਵੀ ਸਮਾਂ ਆ ਗਿਆ ਸੀ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਰੇ ਜਿਹੜੇ ਹਜ਼ੂਰੀ ਸਿੱਖ ਸੀ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਇਤਿਹਾਦਿਕ ਸਿੱਖਾਂ ਨੂੰ ਜ਼ਿੰਮੇਵਾਰੀ ਦੇ ਕੇ ਭਾਈ ਬੈਲੋ ਜੀ ਇਤਿਹਾਦਿਕ ਸਿੱਖਾਂ ਨੂੰ ਜ਼ਿੰਮੇਵਾਰੀ ਦੇ ਕੇ ਅਮਰਸਰ ਸਾਹਿਬ ਦੀ ਮਹਾਰਾਜ ਨੇ ਸ਼ਸਤਰ ਬਸਤਰ ਸਜਾ ਕੇ ਤਿਆਰ ਬਰ ਤਿਆਰ ਹੋ ਕੇ ਦਿੱਲੀ ਨੂੰ ਚਾਲਾਂ ਮਾਰਨ ਦੇ ਲਈ ਕੁਝ ਕੁ ਸਿੰਘ ਨਾਂ ਲੈ ਲੈ ਭਾਈ ਜੇਠਾ ਜੀ ਭਾਈ ਲੰਗਾਹਾ ਜੀ ਭਾਈ ਵਿਦੀ ਚੰਦ ਜੀ ਭਾਈ ਪ੍ਰਾਣਾ ਜੀ ਪਾਈ ਤਿੰਨਾ ਜੀ ਇਤਿਆਦੇ ਗੁਰਸਿੱਖ ਨਾਲ ਤਿਆਰ ਵਰ ਤਿਆਰ ਸ਼ਸ਼ਤਰਧਾਰੀ ਲੈ ਲੈ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਬੁੱਢਾ ਤੇ ਪਾਈ ਗੁਰਦਾਸ ਨੂੰ ਬੁਲਾ ਕੇ ਕਿਹਾ ਬਾਬਾ ਬੁੱਢਾ ਜੀ ਆਪ ਜੀ ਨੂੰ ਬੇਨਤੀ ਹੈ ਸਾਡੇ ਜਾਨ ਦੇ ਮਗਰੋਂ ਸ੍ਰੀ ਹਰਮੰਦਰ ਸਾਹਿਬ ਦੀ ਮਰਿਆਦਾ ਦੇ ਅੰਦਰ ਕੋਈ ਫਰਕ ਨਹੀਂ ਪੈਣਾ ਚਾਹੀਦਾ ਅੰਮ੍ਰਿਤ ਵੇਲੇ ਆਸਾਂ ਦੀ ਵਾਰ ਦੇ ਕੀਰਤਨ ਉਪਰੰਤ ਗੁਰਬਾਣੀ ਦੇ ਕੀਰਤਨ ਬਿਲਾਵਲ ਦੀ ਚੌਂਕੀ ਸ਼ਾਮ ਨੂੰ ਰਹਿਰਾਸ ਸਾਹਿਬ ਉਪਰੰਤ ਸ਼ਾਮਾਂ ਨੂੰ ਰਾਤ ਟਲਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੁਖਾਸਣ ਉਪਰੰਤ ਕੀਰਤਨ ਸੋਹਿਲਾ ਸਾਹਿਬ ਦੀ ਬਾਣੀ ਇਹ ਸਾਰੀ ਮਰਿਆਦਾ ਦ੍ਰਿੜ ਕਰਕੇ ਛੇਵੇਂ ਪਾਤਸ਼ਾਹ ਨੇ ਕਿਹਾ ਕਿ ਜੋ ਵੀ ਕੋਈ ਸਿੱਖ ਇੱਥੇ ਆਉਣ ਉਹਨਾਂ ਨੂੰ ਕਿਸੇ ਨੂੰ ਵੀ ਪ੍ਰਸ਼ਾਦੇ ਤੋਂ ਲੰਗਰ ਤੋਂ ਬਿਨਾ ਨਾ ਜਾਣ ਦਿੱਤਾ ਜਾਵੇ ਕਿਉਂਕਿ ਗੁਰੂ ਘਰ ਦੇ ਅੰਦਰ ਪਹਿਲੇ ਪੰਗਤ ਪਾਛੇ ਸੰਗਤ ਗੁਰੂ ਘਰ ਦੀ ਮਰਿਆਦਾ ਹੈ ਕੋਈ ਵੀ ਗੁਰੂ ਘਰ ਸਿੱਖਾਵੇ ਉਹਨੂੰ ਪਹਿਲੇ ਲੰਗਰ ਛਕਾਣਾ ਉਹਦੀ ਆਉ ਭਗਤ ਕਰਨੀ ਬਾਦ ਚੋਂ ਨੂੰ ਹਰਮੰਦਰ ਸਾਹਿਬ ਕੀਰਤਨ ਦੇ ਅੰਦਰ ਮਨਚਿਤ ਵਰਤਿਆ ਇਕਾਗਰ ਕਰਕੇ ਹਰੀ ਜਾ ਸਰਵਣ ਕਰਵਾਣਾ ਤੇ ਗੁਰਸਿੱਖ ਜਿਹੜੇ ਵੀ ਮਸੰਦ ਗੁਰਸਿੱਖਾਂ ਨੂੰ ਲੈ ਕੇ ਆਣ ਉਹਨਾਂ ਨੂੰ ਸਰੂਪਾਉ ਦੀ ਬਖਸ਼ਿਸ਼ ਕਰਨੀ ਉਹਨਾਂ ਨੂੰ ਵੀ ਭੇਟਾਂ ਦੇ ਕੇ ਮੋੜਨੀ ਗੁਰੂ ਪਾਤਸ਼ਾਹ ਮਹਾਰਾਜ ਤਿਆਰ ਬਰ ਤਿਆਰ ਕੋੜੇ ਤੇ ਸ਼ਸਤਰ ਸਜਾਏ ਤੁਨੁ ਖਪਾਇਆ ਤਰਕਸ਼ ਪੱਥੇ ਦੇ ਅੰਦਰ ਤੀਰ ਪਾਏ ਮੀਰੀ ਪੀਰੀ ਦੀਆਂ ਤੇਗਾਂ ਪਾ ਕੇ ਜਿਸ ਤਰ੍ਹਾਂ ਇੱਕ ਰਾਜੇ ਦੀ ਸਵਾਰੀ ਜਾਂਦੀ ਹੈ ਗੁਰੂ ਅਰਗੁਬਿੰਦ ਸਾਹਿਬ ਮਹਾਰਾਜ ਦੇ ਅੱਗੇ ਸ਼ਹਿਨਾਈਆਂ ਵੱਜ ਰਹੀਆਂ ਸੀ ਜਦੋਂ ਅੰਮ੍ਰਿਤਸਰ ਸਾਹਿਬ ਤੋਂ ਨਿਕਲ ਰਹੇ ਨੇ ਨਗਾਰੇ ਵੱਜ ਰਹੇ ਨੇ ਮਾਤਾ ਗੰਗਾ ਜੀ ਦੇਖ ਰਹੇ ਨੇ ਮੇਰੇ ਪੁੱਤਰ ਦਾ ਕਿੰਨਾ ਪ੍ਰਤਾਪ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨਕੀਬਾਂ ਨਕੀਬਾਂ ਵੱਜ ਰਹੀਆਂ ਨੇ ਸ਼ਹਿਨਾਈਆਂ ਵੱਜ ਰਹੀਆਂ ਨੇ ਨਗਾਰੇ ਵੱਜ ਰਹੇ ਨੇ ਜਦੋਂ ਗੁਰੂ ਅਰਗੁਬਿੰਦ ਸਾਹਿਬ ਗਏ ਉਧਰੋਂ ਦੂਸਰੇ ਪਾਦਸ਼ੇ ਬਾਬਾ ਬੁੱਢਾ ਜੀ ਤੇ ਮਾਤਾ ਗੰਗਾ ਜੀ ਨੂੰ 6ਵੇਂ ਪਾਦਸ਼ਾਹ ਨੇ ਜਾਣੇ ਵੇਲੇ ਵਿਦਾਇਗੀ ਦਿੱਤੀ ਐ ਤੇ ਸਮਝਾਇਆ ਵੀ ਤੁਸੀਂ ਹਰਮੰਦਰ ਸਾਹਿਬ ਦੀ ਸੇਵਾ ਸੰਭਾਲ ਦੇ ਅੰਦਰ ਤਤਪਰ ਰਹਿਣਾ ਗੁਰੂ ਪਾਤਸ਼ਾਹ ਮਹਾਰਾਜ ਦੇ ਉੱਤੇ ਕੇਸਰ ਦਾ ਛਿੜਕਾਓ ਹੋ ਰਿਹਾ ਬੜੀ ਪਾਵਨ ਪਵਿੱਤਰ ਸਵਾਰੀ ਸਤਗੁਰਾਂ ਦੀ ਜਾ ਰਹੀ ਹੈ ਜਦੋਂ ਅੰਮ੍ਰਿਤਸਰ ਸਾਹਿਬ ਤੋਂ ਚੱਲੇ ਨੇ ਗੁਰੂ ਪਾਤਸ਼ਾਹ ਮਹਾਰਾਜ ਗੁਰੂ ਅਰਗੁਬਿੰਦ ਸਾਹਿਬ ਪੜਾਦਰ ਪੜਾਂ ਕੀਤਾ ਜਲੰਧਰ ਜਲੰਧਰ ਤੋਂ ਗਾਂ ਲੁਧਿਆਣੇ ਲੁਧਿਆਣੇ ਤੋਂ ਅੰਬਾਲੇ ਦੀ ਧਰਤੀ ਤੇ ਗੁਰੂ ਅਰਗੁਬਿੰਦ ਸਾਹਿਬ ਪਹੁੰਚੇ ਨੇ ਜਿੱਥੇ ਅੱਜ ਵੀ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਬੌਲੀ ਸਾਹਿਬ ਪਾਤਸ਼ਾਹੀ ਦਸਵੀਂ ਅੰਬਾਲੇ ਵਿਖੇ ਸ਼ੋਭਿਤ ਹੈ ਜਿੱਥੇ ਦਾਸ ਤੇ ਵਿਦਿਆਗੁਰੂ ਗਿਆਨੀ ਸ਼ੇਰ ਸਿੰਘ ਇਰੇ ਬਹੁਤਾਂ ਸਮਾਂ ਉੱਥੇ ਕਥਾ ਵਿਚਾਰਾਂ ਗੁਰੂ ਗ੍ਰੰਥ ਸਾਹਿਬ ਦੀਆਂ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਸਾਹਿਬ ਜੀ ਦੀਆਂ ਸ੍ਰੀ ਪੰਥ ਪ੍ਰਕਾਸ਼ ਸਾਹਿਬ ਜੀ ਦੀਆਂ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅੰਤ ਕਥਾਵਾਂ ਉੱਥੇ ਅੱਜ ਵੀ ਢਾਡੀ ਰਾਗੀ ਸਿੰਘ ਕਰਦੇ ਨੇ ਤੇ ਗੁਰੂ ਕਾ ਜਸ ਕੀਰਤਨ ਰਾਈ ਸਰਵਣ ਕਰਾਉਂਦੇ ਨੇ ਅੰਬਾਲੇ ਵਿਖੇ ਜਦੋਂ ਗੁਰੂ ਅਰਗੁਬਿੰਦ ਸਾਹਿਬ ਪਹੁੰਚੇ ਨੇ ਉੱਥੇ ਸੱਚੇ ਪਾਤਸ਼ਾਹ ਨੂੰ ਅੰਬਾਲੇ ਦੀ ਸੰਗਤ ਨੇ ਬੇਨਤੀ ਕੀਤੀ ਗੁਰੂ ਅਰਗੁਬਿੰਦ ਸਾਹਿਬ ਮਹਾਰਾਜ ਆਪ ਜੀ ਦੀ ਬੇਅੰਤ ਕਿਰਪਾ ਸਦਕਾ ਇੱਥੇ ਸਾਰਾ ਕੁਝ ਹੈ ਪਰ ਪਾਣੀ ਦੀ ਬਹੁਤ ਕਿੱਲਤ ਹੈ ਛੇਵੇਂ ਪਾਤਸ਼ਾਹ ਮਹਾਰਾਜ ਨੇ ਉੱਥੇ ਹੱਥ ਦੇ ਅੰਦਰ ਕਈ ਲੈ ਕੇ ਇੱਕ ਟੱਕ ਲਗਾਇਆ ਕਿ ਇੱਥੇ ਬੌਲੀ ਪਟੋ ਤੇ ਅਸੀਂ ਦਿੱਲੀ ਤੋਂ ਹੁਣ ਜਾ ਰਹੇ ਆਂ ਵਾਪਸੀ ਜਦੋਂ ਆਵਾਂਗੇ ਇੱਥੇ ਬੌਲੀ ਸਾਹਿਬ ਪ੍ਰਗਟ ਹੋਏਗੀ ਤੇ ਇੱਥੋਂ ਬੌਲੀ ਦਾ ਜਲ ਨਿਕਲੇਗਾ ਉਹ ਠੰਡੇ ਜਲ ਦੇ ਨਾਲ ਤੁਹਾਡੀ ਸੀਤਲਤਾ ਇੰਨਾ ਸੀਤਲ ਜਲ ਹੋਵੇਗਾ ਨਾ ਕੇਵਲ ਉਹ ਤੁਹਾਡੇ ਤਨ ਦੀ ਤਪਤ ਨੂੰ ਬੁਝਾਵੇਗੀ ਪਰ ਤੁਹਾਨੂੰ ਅਧਿਆਤਮਿਕ ਸ਼ਾਂਤੀ ਵੀ ਦਵੇਗਾ ਉਹ ਜਲ ਤੁਹਾਡੇ ਦੁੱਖ ਦਰਦ ਵੀ ਸਰੀਰਕ ਦੂਰ ਕਰੇਗਾ ਗੁਰੂ ਹਰਗੋਬਿੰਦ ਸਾਹਿਬ ਦਾ ਬਚਨ ਮੰਨ ਕੇ ਮਾਲੇ ਦੀ ਸੰਗਤ ਨੇ ਉੱਥੇ ਬੌਲੀ ਸਾਹਿਬ ਦੀ ਰਚਨਾ ਕੀਤੀ ਅੱਜ ਵੀ ਉਸ ਸਥਾਨ ਦੇ ਉੱਤੇ ਬੌਲੀ ਸਾਹਿਬ ਸਥਿਤ ਨੇ ਜਿਵੇਂ ਕਿ ਆਪ ਜੀ ਇਸ ਫੋਟੋ ਦੇ ਅੰਦਰ ਦੇਖ ਰਹੇ ਹੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਦਿੱਲੀ ਤੋਂ ਵਾਪਸ ਆਏ ਸਨ ਤਦ ਤੱਕ ਬੌਲੀ ਸਾਹਿਬ ਤਿਆਰ ਹੋ ਚੁੱਕੇ ਸਨ ਤੇ ਅੰਬਾਲੇ ਦੀ ਧਰਤੀ ਤੇ ਗੁਰੂ ਅਰਗੁਬਿੰਦ ਸਾਹਿਬ ਮਹਾਰਾਜ ਜੀ ਨੇ ਇਹ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਮੰਜੀ ਸਾਹਿਬ ਬੌਲੀ ਸਾਹਿਬ ਤਿਆਰ ਕੀਤਾ ਜਿੱਥੇ ਇੱਕ ਬਹੁਤ ਸੁੰਦਰ ਲਾਇਬ੍ਰੇਰੀ ਵੀ ਬਣੀ ਹੋਈ ਹੈ ਇੱਥੇ ਬਹੁਤ ਮਹਾਨ ਗੁਰਸਿੱਖ ਹੋਏ ਨੇ ਜਿਨ੍ਹਾਂ ਨੇ ਹਸਤ ਲਿਖਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਵੀ ਸੱਚਖੰਡ ਵਿਖੇ ਪੇਟਾਂ ਕੀਤੇ ਨੇ ਉਹ ਅੱਜ ਵੀ ਪਏ ਨੇ ਤੇ ਲਾਇਬ੍ਰੇਰੀ ਦੇ ਅੰਦਰ ਸ੍ਰੀ ਗੁਰੂ ਅਰਗੁਬਿੰਦ ਸਾਹਿਬ ਲਾਇਬ੍ਰੇਰੀ ਦੇ ਅੰਦਰ ਬਹੁਤ ਅਣਮੁੱਲਾ ਇਤਿਹਾਸ ਪਿਆ ਜੋ ਵੀ ਕੋਈ ਗੁਰਸਿੱਖ ਪੜਨਾ ਚਾਹੁੰਦਾ ਹੋਵੇ ਉਧਰੋਂ ਕੋਈ ਵੀ ਕਿਤਾਬ ਗੁਰਮਤਿ ਦੀ ਪ੍ਰਾਪਤ ਕਰ ਸਕਦਾ ਹੈ ਅੰਬਾਲੇ ਤੋਂ ਸੱਚੇ ਪਾਤਸ਼ਾਹ ਗੁਰੂ ਅਰਗੁਬਿੰਦ ਸਾਹਿਬ ਦੋ ਵਾਰੀ ਚਾਲਾਂ ਮਾਰਿਆ ਅੰਬਾਲੇ ਵਿਖੇ ਤੇ ਜਦ ਤੱਕ ਬੋਲੀ ਸਾਹਿਬ ਤਿਆਰ ਹੋਈ ਮਹਾਰਾਜ ਨੇ ਬਹੁਤ ਵਾਰ ਦਿੱਤੇ ਬੋਲੀ ਨੂੰ ਕਿ ਇਸ ਬੋਲੀ ਤੋਂ ਜੋ ਵੀ ਇਸ਼ਨਾਨ ਕਰੇਗਾ ਜਬਜੀ ਸਾਹਿਬ ਦਾ ਪਾਠ ਕਰੇਗਾ ਸੁਖਮਨੀ ਸਾਹਿਬ ਦਾ ਪਾਠ ਕਰਕੇ ਇਸ਼ਨਾਨ ਕਰੇਗਾ ਉਸ ਤੇ ਸਾਰੇ ਦੁੱਖ ਤੇ ਦਰਦ ਦੂਰ ਹੋਣਗੇ ਛੇਵੇਂ ਪਾਤਸ਼ਾਹ ਮਹਾਰਾਜ ਹੁਣ ਦੂਸਰੇ ਪਾਸੇ ਅਸੀਂ ਚੱਲਦੇ ਹਾਂ ਜਦੋਂ ਅੰਬਾਲੇ ਤੋਂ ਅਗਲਾ ਪੜਾ ਜਿਹੜਾ ਕੀਤਾ ਸੀ ਕਰਨਾਲ ਕੁਰਸ਼ੇਤਰ ਕੁਰਸ਼ੇਤਰ ਤੋਂ ਹੁੰਦੇ ਹੋਏ ਕਰਨਾਲ ਕਰਨਾਲ ਤੋਂ ਹੁੰਦੇ ਮਹਾਰਾਜ ਦਿੱਲੀ ਪਹੁੰਚੇ ਜਿਹੜਾ ਦਿੱਲੀ ਮਹਾਰਾਜ ਨੇ ਪੜਾ ਕੀਤਾ ਮਜਨੂ ਦੇ ਟਿੱਲੇ ਕੀਤਾ ਇੱਥੇ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ ਵੀ ਹੈਗਾ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਇੱਥੇ ਇੱਕ ਮਰਿਆ ਹਾਥੀ ਜਿਵਾਇਆ ਸੀਗਾ ਉਹ ਸਾਖੀ ਵੀ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ ਆਉਂਦੀ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਚਰਨ ਛੋਪਾ ਪ੍ਰਾਪਤ ਧਰਤੀ ਦੇ ਉੱਤੇ 6ਵੇਂ ਪਾਤਸ਼ਾਹ ਜਾ ਕੇ ਪਹੁੰਚੇ ਤੇ ਕਿੰਚ ਬੇਗ ਤੇ ਵਜ਼ੀਰ ਖਾਨ ਨੇ ਮਹਾਰਾਜ ਦਾ ਬੜਾ ਸੁੰਦਰ ਪੜਾ ਕਰਾਇਆ ਉੱਥੇ ਤੇ ਉਹਨਾਂ ਨੇ ਮਹਾਰਾਜ ਤੋਂ ਆਗਿਆ ਲਈ ਮਹਾਰਾਜ ਨੇ ਉਹਨਾਂ ਨੂੰ ਸਰੋਪਾ ਪਾ ਕੇ ਵਿਦਾਇਗੀ ਬਖਸ਼ੀ ਤੇ ਉਹ ਬਾਦਸ਼ਾਹ ਨੂੰ ਦੱਸਣ ਗਏ ਵੀ ਗੁਰੂ ਅਰਗੁਬਿੰਦ ਸਾਹਿਬ ਸੱਚੇ ਪਾਤਸ਼ਾਹ ਆ ਗਏ ਨੇ ਉੱਥੇ ਦੂਜੇ ਪਾਸੇ 6ਵੇਂ ਪਾਤਸ਼ਾਹ ਨੇ ਮਜਨੂ ਦੇ ਟਿੱਲੇ ਵਿਖੇ ਜੋ ਕਿ ਯਮਨਾ ਨਦੀ ਦੇ ਕੰਡੇ ਦੇ ਉੱਤੇ ਆ ਗੁਰਦੁਆਰਾ ਸਾਹਿਬ ਦਿੱਲੀ ਦੇ ਬਾਹਰ ਬਾਰੀ ਉੱਥੇ 33 ਕਰੋੜ ਦੇਵੀ ਦੇਵਤੇ ਮਹਾਰਾਜ ਦੇ ਉੱਤੇ ਫੁੱਲਾਂ ਦੀ ਵਰਖਾ ਕਰ ਰਹੇ ਨੇ ਬੜਾ ਸੁੰਦਰ ਮਾਹੌਲ ਬਣਿਆ ਸੰਗਤਾਂ ਕੀਰਤਨ ਸਰਵਣ ਕਰਦੀਆਂ ਰਾਗੀ ਢਾਡੀ ਸਿੰਘ ਪ੍ਰਭੂ ਦਾ ਜਸ ਗਾਉਂਦੇ ਨੇ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਲੰਗਰ ਸ਼ੁਰੂ ਹੋ ਗਏ ਸੰਗਤਾਂ ਮਹਾਰਾਜ ਲਈ ਰਸਤ ਬਸਤ ਲਿਆਈਆਂ ਕੂੜਿਆਂ ਲਈ ਰਸਤ ਬਸਤਾਈ ਸੱਚੇ ਪਾਤਸ਼ਾਹ ਗੁਰੂ ਅਰਗੁਬਿੰਦ ਸਾਹਿਬ ਮਹਾਰਾਜ ਦੇ ਸੰਗਤਾਂ ਦੇ ਲਈ ਲੰਗਰ ਪ੍ਰਸ਼ਾਦਾ ਦੇਗ ਦੋਨੋਂ ਵੇਲੇ ਤਿਆਰ ਹੋਣ ਲੱਗ ਪੀ ਅੰਮ੍ਰਿਤ ਵੇਲੇ ਕੀਰਤਨ ਪੂਰੇ ਸੱਚਖੰਡ ਦੇ ਜਿਸ ਤਰ੍ਹਾਂ ਦੀਵਾਨ ਸਜਣ ਲੱਗ ਪਏ ਸੋ ਗੁਰੂ ਅਰਗੁਬਿੰਦ ਸਾਹਿਬ ਮਹਾਰਾਜ ਅੱਜ ਐਸਾ ਕੀ ਦੇ ਅੰਦਰ ਤੁਸੀਂ ਸਰਵਣ ਕੀਤਾ ਕਿ ਮਜਨੂ ਦੇ ਢਿੱਲੇ ਤੱਕ ਪਹੁੰਚ ਗਏ ਨੇ ਇਸ ਗੁ ਮਜਨੂ ਕੇ ਢਿੱਲੇ ਦੇ ਗੁਰਦੁਆਰੇ ਦੇ ਵੀ ਦਰਸ਼ਨ ਤੁਸੀਂ ਕਰ ਸਕਦੇ ਹੋ ਇਹੀ ਉਹ ਸਥਾਨ ਹੈ ਜਿੱਥੇ ਬਾਬਾ RAM RAJ ਜੀ ਵੀ ਆਏ ਸਨ ਤੇ ਉਹਨਾਂ ਨੂੰ ਇੱਕ ਖੂਹ ਦੇ ਉੱਤੇ ਬਿਠਾਇਆ ਸੀ ਉਹ ਅੱਜ ਵੀ ਖੂਹ ਗੁਰਦੁਆਰੇ ਦੇ ਅੰਦਰ ਜਦੋਂ ਅਸੀਂ ਐਂਟਰ ਕਰਦੇ ਹਾਂ ਸੱਜੇ ਪਾਸੇ ਸ਼ਿਸ਼ੋਭਿਤ ਹੈ ਜਿੱਥੇ ਬਾਬਾ RAM RAJ ਜੀ ਬੈਠੇ ਸਨ ਤੇ ਉਸ ਖੂਹ ਦੇ ਉੱਤੇ ਚੱਦਰ ਕਾਜ਼ੀਆਂ ਨੇ ਵਿੱਚ ਦ ਦਿੱਤੀ ਸੀ ਪਰ ਕਰਾਮਾਤ ਦੇ ਨਾਲ ਬਾਬਾ RAM RAJ JI ਕੋਲ ਗੁਰੂ ਆ ਰਾਇ ਸਾਹਿਬ ਸੱਚੇ ਪਾਤਸ਼ਾਹ ਦੀ ਕਰਾਮਾਤ ਸੀ ਤੇ ਉਹ ਉਸ ਖੂਹ ਦੇ ਅੰਦਰ ਡਿੱਗੇ ਨਹੀਂ ਸਨ ਪਰ ਖੂਹ ਦੇ ਉੱਤੇ ਚੱਦਰ ਵਿਛਾ ਕੇ ਬੈਠ ਗਏ ਸਨ ਉਹ ਪਾਵਨ ਪਵਿੱਤਰ ਸਥਾਨ ਤੇ ਗੁਰੂ ਅਰਗੁਨ ਸਾਹਿਬ ਪਹੁੰਚੇ ਤੇ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ ਹੁਣ ਕਿਸ ਤਰ੍ਹਾਂ ਗੁਰੂ ਅਰਗੁਨ ਸਾਹਿਬ ਮਹਾਰਾਜ ਜਾ ਕੇ ਬਾਦਸ਼ਾਹ ਜਹਾਂਗੀਰ ਨੂੰ ਮਿਲਣਗੇ ਤੇ ਚੰਦੂ ਨੂੰ ਫੜਨਗੇ ਤੇ ਗਵਾਲੀਅਰ ਦੇ ਕਿਲੇ ਤੋਂ ਬਵੰਜਾ ਰਾਜੇ ਰਹਾ ਕਰਾਨਗੇ ਉਹ ਸਾਖੀ ਅਸੀਂ ਪੰਜਵੀਂ ਸਾਖੀ ਦੇ ਅੰਦਰ ਸਰਵਣ ਕਰਾਂਗੇ ਐਨੇ ਕੋ ਬਚਨ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ